ਸਮਝ ਨਹੀਂ ਆਉਂਦੀ ਪਈ ਇਹ ਬੰਦੇ ਐਡੀ ਜ਼ਿੱਦ ਤੇ ਨਾ ਕਿਉਂ ਬਣਾ ਲੈਂਦੇ ਨਾ। ਚੰਗਾ ਭਲਾ ਵਸਦਾ ਘਰ ਸਾਡਾ ਤੇ ਉੱਜੜ ਗਿਆ ਤੇ ਕਾਸ਼ ਲਾਏ ਜਾਂਦੇ ਤੂੰ ਮੁੜ ਗਿਆ ਖਲੋਤੇ ਨੂੰ ਸਹੁਰਿਆਂ ਦੀ ਗੱਲ ਕਰਦਾ ਪਿਆ ਤੂੰ ਮੈਨੂੰ ਇਹ ਦੱਸ ਸਿਮਰਨ 30,000 ਕਿਵੇਂ ਲੱਗ ਗਿਆ? ਮੈਨੂੰ ਫੋਨ ਕੀਤਾ ਨੇ ਕੋਈ ਸ਼ੱਕ ਨਹੀਂ ਹੈ ਵੀ ਉਹਦੀ ਤਬੀਅਤ ਖਰਾਬ ਹੋ ਗਈ ਹੈ। ਮੈਂ ਮੁੜ ਉਸ ਕਿਹੜੇ ਨੱਕ ਨਾਲ ਜਾਵਾਂ? ਮੈਂ ਹੀ ਆਖਿਆ ਵੀ ਤੁਸੀਂ ਚਾਹੇ ਇਲਾਜ ਕਰਾ, ਜਿਹੜਾ ਕੋਈ ਪੈਸਾ ਲੱਗਾ ਮੈਂ ਦੇ ਛੱਡ ਸਾਂ ਗਿਆ। ਲੈ ਕੇ ਉਹਨੂੰ ਨਾ ਤਾਂ ਲੰਮੀ ਲਿਸਟ ਬਣਾ ਛੱਡੀ ਹੈ, ਪੈਨਾ ਡੋਲਦੇ ਹੀ ਮੈਨੂੰ 2,000 ਰੁਪਈਆ ਲਾਇਆ ਉਸਨੇ। ਕੋਈ ਕੋਈ ਬੰਦੇ ਹੁੰਦੇ ਸ਼ੋਅ ਦੇ ਤੇ ਬੇਦਾਂਤੇ, ਉਹਨਾਂ ਦੇ ਸ਼ੌਰ ਕੋ ਨਹੀਂ ਹੁੰਦਾ ਜਿਹੜੇ ਪੈਸੇ ਨੂੰ ਸਲਾਮ ਕਰਦੇ ਨੇ ਤੇ ਜਿਹੜੇ ਮਾਪਿਆਂ ਨੂੰ ਸਿਰਫ ਪੈਸੇ ਨੂੰ ਦੇ ਦਿੱਤੀ। ਇਹਨੇ ਤਾਂ ਕਮਾਈ ਦਾ ਰੋਜ਼ਗਾਰ ਬਣਾ ਲਿਆ ਇਹਨੇ ਵੀ ਜਿਹੜਾ ਨਾ ਇਹ ਤਾਂ ਰੋਜ਼ਗਾਰ ਸਾਡਾ ਵੇ ਤਾਂ ਰੋਜ਼ ਚੌਥੇ ਦਿਨ ਰੁਸਾਈ ਖਲੋਤੇ ਹੋ ਸਨ ਤੇ ਆਖਸਨ ਹੁਣ ਤੇਰੇ ਹਾਲ 15,000 ਦਾ ਬਿੱਲ ਬਣ ਗਿਆ, ਹੁਣ ਤੇਰੇ ਹਾਲ 8,000 ਦਾ ਬਿੱਲ ਬਣ ਗਿਆ। ਮੈਂ ਤੇ ਇਹ ਬਿੱਲ ਹੀ ਅਦਾ ਕੀਤੀ ਰੱਖਸਾਂ। ਇੱਕ ਵਾਰੀ ਤੂੰ ਇਹ ਛੱਡ ਦੇ, ਇੱਕ ਵਾਰੀ ਲੈ ਦੁਬਾਰਾ ਕਿਤੇ ਉਹਦੇ ਤੇ ਬਿਸ਼ੱਕ ਨੂੰ ਛੱਡ ਦੇ ਵੀ ਹੁਣ ਉਹਦੀ ਹਾਲਤ ਕੋਈ ਨਹੀਂ। ਮੇਰੇ ਕੋਲ ਜਿਹੜੀ ਪਾਬੰਦੀ ਕਰਾਈ ਹੋਈ ਮੈਨੂੰ ਜਿੰਨਾ ਟੁੰਗਾ ਛੱਡੇ ਨਾ ਧਰਤੀ ਬੈਠਾ ਉੱਥੇ ਛਾਂ ਤੇ ਦੱਤ ਮੇਰਾ ਰੰਗ ਨਾ ਕਾਲਾ ਹੋ ਜਾਵੇ, ਤੇਰਾ ਰੰਗ ਨਾ ਕਾਲਾ ਹੋ ਜਾਵੇ। ਮੈਨੂੰ ਤਾਂ ਝੂਠਾ ਜਿਹੜਾ ਹੀ ਵੀਰਾ ਟੁਰ ਟੁਰ ਤੇ ਚੜਮਿਆਂ ਬੰਦਿਆਂ ਦੀਆਂ ਦੱਡੀ ਚਾ ਬੈਠਾ ਜਿਹਦੇ ਜਾਨਾਂ ਦੇ ਨਦਾਂ ਤੈਨੂੰ ਸ਼ਾਦੀ ਵਾਲੇ ਦੇ ਮਿਲਸਾਂ ਹੈ ਜਿਹੜਾ ਆਨਾ ਬੱਚਾ ਥੋਲ ਆ ਉਹ ਬਾਈਆ ਲਾ ਤੇ ਹੁਣ ਟੁਰ ਟੁਰ ਤੇ ਨਾ ਪੀਲੀਆਂ ਨੂੰ ਵੀ ਪੀੜ ਆਉਂਦੀ ਪਈ ਹੈ। ਹੁਣ ਤਾਂ ਮੇਰਾ ਹੋਰ ਦਿਲ ਪਿਆਂਦਾ 8-10 ਬੰਦੇ ਤੋਲੂ ਸਾਧ ਲਵਾਂ ਜਿਹੜੇ ਪੈਸੇ ਦੇਵਾਂ ਨਾਲੇ ਉਹਨਾਂ ਨੂੰ ਦੱਸੀ ਦੇ ਛੱਡ। ਇਹ ਗੱਲ ਵੀ ਸਹੀ ਹੈ, ਆਪਣੀ ਦਿਹਾੜੀ ਤਾਂ ਥਰੀ ਤਾਰਾਂ ਨਾ 500 ਵੀ ਜੋੜ ਜਾ ਵੀ ਚੰਗੇ ਜ਼ਮੀਨਦਾਰਾਂ ਉਸ ਜਾਣੇ ਉਹ ਜਾਣੇ ਦੋ ਸਾਥਿਆ ਹੋ ਜਾਣੇ। ਸਹੀ ਗੱਲ ਹੈ। ਹੋਰ ਤੂੰ ਸੁਣਾ ਉਜੜੇ ਪਏ ਆ ਫਰਜਾਈ ਤਾਂ ਨਹੀਂ ਦਿਸਦੀ ਭਾਈ ਪਹਿਲਾ ਤੈਨੂੰ ਹੁਣ ਤੈਨੂੰ ਪਤਾ ਹੀ ਕੋਈ ਨਹੀਂ ਤੇ ਮੈਨੂੰ ਠੀਕ ਪਤਾ ਛੋਰੇ ਜੇ ਆ ਮੋੜ ਤੇ ਪਰੇ ਵੇਟ ਦੱਲਾਂ ਵੀ ਹੁੰਦੀਆਂ ਚਾਸ਼ਾ ਮੈਂ ਕਹੀ ਨਹੀਂ ਆ ਚਲੋ ਚਾਸ਼ਾ ਪਤਾ ਲੈ ਢੇਰ ਤਾਂ ਚੱਲੋ ਫ ਨਹੀਂ ਫਰਨਾ ਨਾਲ ਦੁਨੀਆਂ ਵਾਲੇ ਬਿਸਤਰ ਮੰਦਾ ਲਿਆ ਅੱਛਾ ਦੁਨੀਆਂ ਵਾਲੇ ਬਿਦਾਮਾਂ ਦੀਆਂ ਦੁਨੀਆਂ ਉੱਤੇ ਲੀਆਂ ਉਹ ਰੋਸ ਪਈਆ ਹੈ ਤਬੀਅਤ ਉੱਥੇ ਖਰਾਬ ਹੋ ਗਈ ਉਸ
ਤੇ ਬੱਚੇ ਦਾ ਮਸਲਾ ਬਣ ਗਿਆ। ਆਹ ਚੌਥਾ ਪੰਜਵਾਂ ਮਹੀਨਾ ਬਲੱਡ ਪ੍ਰੈਸ਼ਰ ਜਿਹੜਾ ਨਾ 180 ਤੇ ਹੋਇਆ ਸੋ ਤੇ ਉਹ ਬੱਚੇ ਤੇ ਪਾਇਆ ਗਿਆ। ਵੇਸਲਾ ਮਨ ਸ਼ੇਰੋ ਦਰਦੀ ਤੋਂ ਬਿਨਾਂ ਡਾਲ ਤਾਈ ਨੂੰ ਵੇਸਲਾ ਹਾਲਾ ਦਰਦੀ ਸੀ ਹੋਈ ਥਲੀ। ਹਾਂ ਯਾਰ ਮਤਲਬ ਮੁੰਡਾ ਬੱਤਰੀਆਂ ਵਾਲੇ ਵਾੜੇ 'ਚ ਬੈਠਾ, ਪਰ ਯਾਰ ਵੇਖ ਲਾ ਨਾ ਬਈ ਉਹਨਾਂ ਮੈਨੂੰ ਉਸ ਫੋਨ ਕੀਤਾ ਬਈ ਇਹੀ ਆਇਆ ਗੱਲ ਹੈ। ਮੈਂ ਵੀ ਕਾਵੇੜੇ 'ਚ ਆਖਿਆ ਤੁਸੀਂ ਹੁੰਦਾ ਇਲਾਜ 'ਚ ਕਰਾਓ ਤੇ ਜਿਹੜੇ ਪੈਸੇ ਲੱਗ ਗਏ ਮੈਂ ਦੇ ਛੱਡ ਸਾ ਗਿਆ। ਤੇਰੇ ਸਾਲੇ ਤਾਂ ਮੇਰੇ ਬਹੁ ਹਯਾਤ ਰਹਿੰਦੇ ਨੇ ਪਤਾ ਹੀ। ਚੰਗਾ ਸਲਾਮ ਦੋ ਆਦੇ ਮੈਂ ਆਥਾਂ ਨਾ ਇਹ ਤਾਂ ਲੱਤ ਤੇ ਥਲੇ ਰਹੋ ਤੇ ਇਹ ਤਾਂ ਲੱਤ ਤੇ ਥਲੇ ਰਹੇ। 30,000 ਰੁਪਈਆ ਬਣਾਈ ਖਲੋਤੇ ਨਹੀਂ ਲੈ 30,000 ਅਸਾਂ ਤੇ ਆ ਦੇਵਣਾ ਚੱਡਾ ਲੈ ਤੂੰ ਤੇਰਾ ਫਿਰਾ ਦੇਸੇ ਥਾਮ ਆਵਣਾ ਤੇਰੇ ਸਹੀ ਗੱਲ ਕਰਦਾ ਵੇ ਤੇ ਮੈਂ ਉਸ ਸਾਥੇ ਆਤੇ ਰਹਿਣਾ ਮਜ਼ਾਕ ਕਰ ਤੇਰੇ ਨਾਲ ਸ਼ਾਇਰ ਆਥੇ ਆ ਨਾ ਗੱਲ ਸੁਣੀਏ ਬਾਜ਼ਾਰ ਚ ਵਿਕਦੀ ਇੱਟ ਸਜਣਾ ਤੁਸੀਂ ਕਿਉਂ ਹੁਣ ਗਏ ਹੋ ਇੱਟ ਸਜਣਾ ਤੂੰ ਆਪਣੇ ਮੂੰਹ ਤੇ ਪਿੱਟ ਸਜਣਾ ਤੂੰ ਬੋਲ ਤਾਂ ਸਹੀ ਤੈਨੂੰ ਕੀ ਚਾਹੀਦਾ ਏ ਜਿਹੜਾ ਬੰਦਾ ਇੱਥੇ ਬਿਮਾਨ ਆਟੇ ਦਾ ਤੇ ਪੰਜ ਕਿਲੋ ਕਸ਼ਮੀਰ ਦੀ ਬਾਤ ਹੈ ਮੈਨੂੰ ਤਾਂ ਸਮਾਣੀ ਚਾਹੀਦੀ ਸਮਾਣੀ ਇਹ ਤੇ ਸਮਾਂ ਗੁੜੀ ਹੈ ਜਿਹੜੀ ਪਾੜ ਤੇ ਦੇਵਣੀ ਹੈ ਮੈਂ ਜ਼ਰੂਰ ਫਾਤ ਤੇ ਦੇਵਣੀ ਉਹ ਆ ਤੈਨੂੰ ਲਿਆ ਤੇ ਦੇਵਣੀ ਯਾਰ ਜ਼ੇਦ ਤੇਰੇ ਕਲੇ ਨਾ ਕਿਹਾ 30,000 ਉੱਤੇ ਲਾਇਆ ਤੇ ਸੋ ਇੱਕ ਰੁਪਈਆ ਨਹੀਂ ਛੋੜਨਾ ਬੱਚਾ ਤੇ ਦਾ ਮੇਰਾ ਸਮਾਣੀ ਤੇ ਦੀ ਮੇਰਾ ਹੱਥ ਤਾਂ ਬਣਦਾ ਹੈ ਨਾ ਉਹਨਾਂ ਦਾ ਪਰ ਹੁਣ ਮੈਂ ਉਸ ਸੱਚ ਤੇਰੀ ਬਸ ਹੋ ਤੇ ਜਾਵਣਾ ਯਾਰ ਹੱਕ ਬਣਦਾ ਦੇ ਦੇ ਹੀ ਲਾਇਆ ਹੀ ਨਹੀਂ ਨਾ ਕੋਈ ਲੈ ਹੁਣ ਤੇਰਾ ਮੇਰਾ ਵਾਦਾ ਹੋ ਗਿਆ ਉਸ ਤਰੀ ਵਿੱਚ ਭਾਵੇਂ ਮੈਨੂੰ ਸਾਥਿਆ ਰੁਪਈਆ ਵੀ ਛਡਾਉਣਾ ਪਿਆ ਛੱਡੇ ਹੀ ਸਾ ਜ਼ਰੂਰ ਯਾਰ ਮੇਰੀ ਵੀ ਜ਼ਿੱਦ ਤੇ ਮੈਂ ਉਹਨਾਂ ਨੂੰ ਹਾਲਾਂ ਕਿ 25,000 ਆਖਿਆ ਹੈ ਨਹੀਂ ਪੂਰਾ 3 ਲੈਣਾ ਪੂਰਾ 3 ਲੈਣਾ ਚਲੋ ਮੈਂ ਹੁਣ ਜਾਣਾ ਜੇਕਰ ਇਹ ਤਾਂ ਬਲਾ ਹੋ ਸਹੀ ਯਾਰ ਮੈਂ ਤਾਂ ਆਪ ਬੜਾ ਚਾਹੁੰਦਾ ਅਲੇ ਦੱਸੋ ਤੇਰੇ ਤੇ ਬੇਲੀ ਹੋਵੇਂ ਜਿਹੜੇ ਸ਼ਾਦੀਆਂ ਤੇ ਜਾਂਦੇ ਹੋਵੇਂ ਥੁਸਰਿਆਂ ਤੋਂ ਪੈਸੇ ਸਟੈਂਦੇ ਹੋਵੇਂ ਤੰਜਰੀਆਂ ਤੋਂ ਸਟੈਂਦੇ ਹੋਵੇਂ ਬੜਾ ਸ਼ੌਂਕ ਤਾਂ ਰੱਖਦੇ ਹੋ ਇੱਕ ਹੈ ਖਾਵਾ ਰਹੇ ਉਹਦੀ ਦੁਕਾਨ ਹੈ ਜੀ ਪੈਸੇ ਵਾਲੀ ਅੱਛਾ ਭੋਂ ਖੁਸਰਿਆਂ ਦਾ ਤੇਰੀ ਜਦਾਂ ਤੇ ਇੱਕ ਹੋਰ ਵੀ ਹੈ ਗੁਰਾਇਆ ਸ਼ਦਾਦ ਗੁਰਾਇਆ ਅੱਛਾ ਉਹ ਤਾਂ ਖੁਸਰਿਆਂ ਦੇ ਮਗਰ ਰੱਟੂ ਹੋਇਆ ਪੈਸੇ ਵੀ ਦਿੰਦੇ ਨੇ ਜਾਂ ਥਾਲੀ ਚਸਤੇ ਪੂਰੇ ਕਰਦੇ ਨੇ ਪੈਸੇ ਦਿੰਦੇ ਨੇ ਇੱਕ ਰਾਣਾ ਵਸੀਮ ਹੈ ਰਾਣਾ ਵਸੀਮ ਤਾਂ ਨਲਸੇ ਅੱਡੇ ਤੋਂ ਓਹ ਜਿਹਨੂੰ ਤੁਸੀਂ ਕੀ ਸਦੇਨਾ ਕਾਣਾ ਵਸੀਮ ਕਾਣਾ ਵਸੀਮ ਹਾਂ ਉਹ ਤਾਂ ਮੁੰਡ 30,000-40,000 ਬਾਂਦ ਐਂ ਕਰਕੇ ਲੱਗ ਜਾਂਦਾ ਅੱਛਾ ਇਹਦਾ ਮਤਲਬ ਹੈ ਵੀ ਮੈਂ ਉਹਨਾਂ ਬੰਦਿਆਂ ਨਾਲ ਜਾਣਾ ਉਹਨਾਂ ਨੂੰ ਢੱਠੀ ਦੇ ਮਨਾ ਇਹਨਾਂ ਦੀ ਆਪਣੀ ਤਾਂ ਦਿਹਾੜੀ ਸਾਰੀ ਮੈਂ ਪਹਿਲੇ ਮੇਰਾ ਤਾਂ ਮੈਂ ਪਹਿਲੇ ਤੇਰੇ ਤਾਂ ਮਲ ਜਾਂਦਾ ਚਲੋ ਠੀਕ ਠੀਕ ਤੈਨੂੰ ਰਾਜ਼ੀ ਕਰ ਸਾਂ ਚੰਗਾ ਮੂੰਹ ਮਿੱਠਾ ਕਰੇ ਸਾਂ ਗਿਆ ਹਾਂ ਉਹ ਨਾ ਮੈਂ ਪਿੱਛੇ ਮੱਛੀ ਛਾਣ ਦੀ ਲਿਆ ਤੇ ਮੇਰੇ ਮੂੰਹ ਵਿੱਚ ਤੋਂ ਛੱਡੇ ਵੀ ਤੇਰਾ ਮੂੰਹ ਨਹੀਂ ਨਾ ਮਨ ਸ਼ੇਰ ਨੂੰ ਤੂੰ ਹੀ ਸਮਝਿਆ ਹੈ ਉਹ ਤਾਂ ਸਿਰਫ ਜ਼ੈਦ ਮੇਰੀ ਉਹਨਾਂ ਦੇ ਨਾਲ ਬਣੀ ਖਲੀਆ ਤੁਰਣਾਵਣੇ ਹੈ ਨਹੀਂ ਜਿੰਨੇ ਹੀ ਗੱਡਾ ਮੈਂ ਅੱਲਾ ਮੈਂ ਆਪਣੇ ਵਾਲੀ ਪੂਰੀ ਤੋਂ ਛੱਤ ਦੇ ਸਾਂ ਭਰਜਾਈ ਨਾ ਮਾਥੀ ਉਹ ਬਿਸਤਰ ਰੱਥੇ ਮੈਂ ਮੁੜਾ ਤੇ ਪੀ ਲੈਣਾ ਉਹ ਭੈਣ ਹੈ ਮੇਰੀ ਉਹ ਬੜਾ ਮੇਰੀ ਤਾਂ ਭਰਜਾਈ ਦੀ ਹਾਲਤ ਦੀ ਇੱਥੇ ਸਿੱਧੇ ਤਾਂ ਧਰ ਹੈ ਨਾ ਯਾ ਤੁਹਾਰੀ ਕੁਆਰੀ ਹੈ ਏ ਬਲਾ ਥੁਦੋ ਦੀ ਏਡੀ ਸੋਹਣੀ ਭੈਣ ਜੇ ਤੁਹਾਰੀ ਲਈ ਵਦਾ ਸੋਹਣੀ ਹੈ ਲੱਗਦੀ ਤਾਂ ਨਹੀਂ ਤੁਹਾਰੀ ਕੁਆਰੀ ਹੈ ਉਹ ਵਡੇਰੀ ਹੋ ਗਈ ਹੈ ਤੁਰਦੀ ਹੈ ਤਾਂ ਮਲੂਮ ਹੁੰਦਾ ਜਿਵੇਂ 40 ਸਾਲ ਦੀ ਬੁੱਢੜੀ ਮਗਰ ਨਹੀਂ ਲੱਗਦੀ ਸਵਾਣੀਆਂ ਦਾ ਵੀ ਰੋਲਾ ਬੇਰ ਦੇ ਸੱਚਿਆ ਲੜਿਆਂ ਨਾਲ ਰੱਥਾਂ ਬੱਧੀਆਂ ਝੁੱਲਿਆਂ ਚ ਪੂਰੀਆਂ ਅੰਡਿਆਂ ਚ ਸੂਈਆਂ ਟਪਾਈਆਂ ਬਟਰਿਆਂ ਦੀਆਂ ਸਿਰੀਆਂ ਲਾਏ ਤੇ ਬਾਹਰ ਸਟੀਆਂ ਉਹ ਮਸ਼ੀਨ ਪੱਠੇ ਕੁਤਰਾਂ ਵਾਲੀ ਨਾਲ ਬਾਂਧ ਕੇ ਫਿਰਦਾ ਰਿਹਾ ਮੈਂ ਉਹ ਵੀ ਦਿੱਤਾ
ਬਲੋਂ ਖੁਦਾ ਦੀ ਆ ਉਸ ਨਾਲ ਛੱਡੀ ਤਾਂ ਮੈਂ ਤਰਾਸ਼ਾ ਨਹੀਂ ਉਹ ਜੇ ਸੜਮਾ ਬਣਿਆ ਥਲ ਇਹ ਆ ਮੇਰੀ ਉਹ ਮਸ਼ੀਨ ਤੇਰੇ ਨਾਲ ਹੋਈ ਆ ਅੱਛਾ ਹਾਂ ਇਹਦਾ ਮਤਲਬ ਹੈ ਵੀ ਤਿਸੇ ਦੇ ਵੀ ਪੱਠੇ ਪਏ ਹੋਵਨ ਭਾਵੇਂ ਦੋ ਲੱਦੇ ਹਾਂ ਜਾਂ ਤੇ ਮਸ਼ੀਨ ਨੂੰ ਫੇਰਨ ਧਾ ਦਵਾਂ ਹੈ ਜੋੜ ਜਾਵੀ ਤੇ ਚੱਲ ਆ ਜਾਣ ਮੈਂ ਵੇਸਤ ਰਹਿੰਦਾ ਠੀਕ ਹੈ ਹਾਂ ਸਵਾਣੀ ਆਵੇ ਫੇਰੇ ਭਾਵੇਂ ਜਿੰਨੇ ਮਸ਼ੀਨ ਦੇ ਹੋਏ ਮੈਂ ਲਾ ਲੇ ਇੱਕ ਫੇਰਾ ਮੇਰੀ ਸਵਾਣੀ ਅਲਮਾਰ ਹੈ ਮਰੇ ਨਾ ਉੱਤੇ ਜਾ ਜੀ ਨਹੀਂ ਧਰੇ ਵਦੇ ਇਦਾਂ ਹੀ ਹੈ ਚਲੋ ਮੈਂ ਜਾਣਾ ਅੱਲਾ ਕਰੇ ਭਾਈ ਹਿੰਦੀ ਮਨੀ ਜਾਵੇ ਅੱਲਾ ਕਰੇ ਉਸ ਤੋਂ ਪਹਿਲੇ ਮੇਰੇ ਕੋਲ ਨੀ ਚੱਕਰੀਆਂ ਵਗਦੀਆਂ ਤੇ ਨਾ ਮੈਂ ਕੋਈ ਮਾਰਨੀ ਆ ਇਹਨੂੰ ਦਿਲ ਤਾਂ ਕਰਦਾ ਪਿਆ ਇੰਜ ਕਰਕੇ ਨਾ ਟੁੱਬੀ ਮਾਰਾਂ ਮੋਟਰ ਕਿਸ ਵੇਲੇ ਬੰਦ ਹੋਈ ਮੋਟਰ ਮੈਂ ਤਾਂ ਆਪ ਕੋਈ ਨੀ ਚਲਦੀ ਪਈ ਵੇਖੀ ਕਿਸ ਟਾਈਮ ਬੰਦ ਹੋਈ ਏ ਮੇਰੀ ਭੈਣ ਮੈਂ ਹੁਣ ਦੀ ਗੱਲ ਪਿਆ ਕਰਦਾ ਇਹ ਨਾ ਇਹ ਮੈਂ ਸੁਣਿਆ ਉਹਦੀ ਕੋਈ ਗਲਤੀ ਨਹੀਂ ਮੇਰਾ ਬੁਣਵੀਆ ਹੀ ਹੋ ਜਿਹਾ ਹੈ ਅੱਛਾ ਕੀ ਰੋਲਾ ਕੀ ਮਸਲਾ ਕੀ ਤੂੰ ਕੀ ਜਾਜੇ ਮੈਂ ਵੈਸੇ ਪੁੱਛਿਆ ਵੀ ਕੀ ਮਸਲਾ ਵੀ ਚਲੋ ਕੋਈ ਮਸਲਾ ਨਹੀਂ ਮੈਂ ਤੈਨੂੰ ਨਹੀਂ ਦੱਸ ਸਕਦੀ ਮਸਲਾ ਜਾਜ ਮੈਂ ਨਿੰਮੂ ਤੇ ਖੂਹ ਇੱਕੇ ਖੂਹ ਤੇ ਬੈਠਿਆ ਹੱਕ ਵੰਡਾ ਆ ਮੈਂ ਛੇਰ ਮੇਰਾ ਬੇਲੀ ਹੈ ਉਹਦੇ ਘਰ ਤੋਂ ਕੋਈ ਦੁੱਖ ਸੁੱਖ ਬਣੇ ਜਾਂ ਮੇਰਾ ਕੋਈ ਢੀਠ ਬੰਦਾ ਤੂੰ ਇਹਨਾਂ ਤੋਂ ਹੁਣ ਪੁੱਛ ਕੇ ਹੀ ਰਾਣੀ ਇਹ ਗੱਲ ਆ ਨਾ ਗੱਲ ਕੀ ਦੱਸ 30,000 ਦਾ ਰੋਲਾ ਹੈ ਗੱਲਾਂ ਹੀ ਚੋ ਗੱਲ ਵੀ ਕਾਈ ਨਹੀਂ ਤੇ ਮੇਰੀ ਭੈਣ ਇੱਥੇ ਬੈਠੀ ਹੈ ਸਾਡੇ ਕੋਲ ਜੁੱਤੀ ਕਾ ਲੈਂਦਾ ਪਿਆ ਆ ਪੈਰ ਧੋਵਾਂ ਨਵੇਂ ਆਇਆ ਮੋਟਰ ਚੱਲੀ ਤਾਂ ਨਵਸਾਂ ਤੇ ਮੋਟਰ ਚੱਲ ਲੈਣ ਦੇ ਤੇ ਮੋੜ ਨਵੇਂ ਆਵੀਂ ਅੱਛਾ ਮੋੜ 30,000 ਦਾ ਰੋਲਾ 30,000 ਦਾ ਰੋਲਾ ਉਹ ਜੇ ਕਵੜੇ ਨਹੀਂ ਬੰਦੇ ਹੀ ਬੰਦੇ ਦਾ ਦਾਰੂ ਹੁੰਦਾ ਹਲਾ ਵਾਏ ਦੋ ਬੱਕਰੇ ਵਿੱਚ ਹਲਾ ਕੰਮ ਆ ਉਹ ਮੇਰਾ ਕੰਮ ਕੋਈ ਮੇਰੀ ਕਿਤੇ ਮੰਗਣੀ ਆਉਣੀ ਆ ਉਹਨੇ ਮੈਨੂੰ ਜਵਾਬ ਚ ਦਿੱਤਾ ਉਹ ਮੇਰੇ ਕੋਲ ਪੈਸੇ 35 ਮਹੀਨੇ ਚ ਦੇਣਾ ਅੱਛਾ ਹਾਂ ਤੂੰ ਕਿਹੜੀ ਖੁਸ਼ੀ ਹੈ ਦੇਵਣਾ ਉਹ ਨਹੀਂ ਆ ਮਸ਼ੀਰ ਦੀ ਭੈਣ ਹਾਂ ਮੇਰਾ ਵਿੱਚੂ ਦੇ ਲੋ ਸਖਾਣ ਅੱਲਾ ਤੇਰਾ ਵਿੱਚੂ ਦੇ ਲੋ ਸਖਾਣ ਹੈ ਤੇ ਮੈਨੂੰ ਇਹ ਗੱਲਾਂ ਕਿਉਂ ਪਿਆ ਕਰੇ ਇੰਨਾ ਵੀ ਚਲ ਮੈਂ 30,000 ਦੇ ਸਾਨ ਤੇ ਮੋਰ ਤੁਸੀਂ ਮੇਰੀ ਸਪੋਰਟ ਕਰਿਆ ਮਾਨ ਹੋਰ ਵੀ ਕਰਸੀ ਤੂੰ ਵੀ ਆਖੇ ਭੈਣ ਨੂੰ ਸਫਾਰ ਵੇ ਵੇ ਮੈਂ ਤੈਨੂੰ ਹੋਰ ਕੋਈ ਬਲਾ ਚਾਹ ਕੇ ਮਾਰਨੀ ਹੈ ਨਮੂਨੇ ਆ ਮੈਂ ਤੇਰੀ ਸਨੇਹ ਬਾਣ ਕੇ ਜਾਵਾਂ ਉਹਦੇ ਕੋਲ ਅੱਛਾ 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 ਮੈਨੂੰ ਹੋਰ ਸਮਝ ਆਈ ਕੀ ਬਈ ਇੱਕ ਖੂਬਸੂਰਤ ਛੋਏ ਰਵੇ ਤੇ ਦੂਆ ਛੋਰ ਉਸ ਨੂੰ ਕਿਸੇ ਹੋਰ ਦਾ ਸਨੇਹਾ ਚਵਾਵੇ ਨਾ ਉਹਨੂੰ ਡਿੱਡੋ ਦੁੱਖ ਲੱਗਦਾ ਹੈ 30,000 ਵੀ ਢੇਰ ਸਾਰੇ ਨੇ ਉਹ ਵੀ ਮਾਖੇ ਜੇ ਉਸ ਕਾਰਨ ਤੇਰਾ ਦਿਲ ਨਹੀਂ ਨਾ ਤੇ ਮੈਂ ਤੇਰੇ ਕਾਰਨ ਮੰਨ ਗਿਆ ਤੇਰੇ ਕਾਰਨ ਮੰਨਣਾ ਮੈਂ ਵੇ ਅਮੰਨਾ ਦੇ ਮੂੰਹ ਵਾਲਿਆ ਵਿਦੋਂ ਤੇ ਘੋੜਿਆ ਨਮੂਨਿਆ ਮੇਰੀ ਕੋਈ ਅਮੰਨਾ ਸ਼ਮੰਨਾ ਨਹੀਂ ਤੇਰੇ ਵਰਗੇ ਨਾਲ ਮੈਂ ਫਸਣਾ ਹੈ ਤੇਰੇ ਵਰਗੇ ਸੋਚ ਫਸਣਾ ਕਿਉਂ ਨਿਕਾਹ ਕਰਨੇ ਸੋਚ ਆ ਬਿਸ਼ਾ ਅੱਛਾ ਨਿਕਾਹ ਕਰਦਾ ਤੇ ਉਹ ਵੀ ਤੋਂ ਡਿਵਾਕੇ ਨਾਲ ਮੈਂ ਤਾਂ ਅੱਜ ਤੈਨੂੰ ਗੌਰ ਨਾਲ ਵੇਖਿਆ ਤਾਂ ਕੋੜੀ ਹੈ ਤੇਰੇ ਅੱਗੂ ਤੇਰੀ ਤਾਂ ਅੱਖੀ ਨਹੀਂ ਮਾਣਦੀ ਮੇਰੀ ਗੱਲ ਸੁਣ ਆਪਣੀ ਜਿਹੜੀ ਜ਼ਬਾਨ ਹੈ ਨਾ ਇਹ ਸੰਭਾਲ ਕੇ ਗੱਲ ਕਰ ਮੇਰੇ ਨਾਲ ਮੈਂ ਅਲੂਤਾ ਹੀ ਨਾ ਮਰੇ ਸਾਂ ਵੀ ਤੂੰ ਜ਼ਿੰਦਗੀ ਵਿੱਚ ਯਾਦ ਰੱਖੇ ਇਹਦੇ ਵਿੱਚ ਕਵੜਾ ਨਾ ਗਲਤ ਕੋਈ ਅਕੇ ਇੱਕ ਛੋਣੀ ਛੋਏ ਰੋਵੇ ਤੇ ਉਹਨੂੰ ਦੂਈ ਛੋਣੀ ਛੋੜਦਾ ਪੈਗਾਮ ਦੀ ਵੀਵੇ ਤੇ ਉਹ ਵਿੱਚੂ
ਸੜਦੀ ਏ, ਮੈਂ ਸੜਾ ਕਿਉਂ? ਮੇਰੀ ਸੜਦੀ ਜੁੱਤੀ। ਔਖੀ ਦੇ ਤੇਰੇ ਮੁਕਾਬਲੇ ਤੋਂ ਕੁਝ ਵੀ ਨਹੀਂ। ਤੂੰ ਜਿਹੜਾ ਨਾ ਤੂੰ ਹੈ ਡਰਾਮੇਬਾਜ਼ ਬੰਦਾ, ਤੇ ਅੱਗੇ ਮੇਰਾ ਦਿਮਾਗ ਬੜਾ ਖਰਾਬ ਹੋਇਆ ਹੋਇਆ ਬਿਜਲੀ ਵਾਲਿਆਂ ਦੀ ਵਜ੍ਹਾ ਤੋਂ, ਜਿਹੜੇ ਮਿੰਟ ਮਿੰਟ ਬਾਅਦ ਬਿਜਲੀ ਪੇ ਛਿੱਕਦੇ ਨੇ, ਗਰਮੀਆਂ ਦੇ ਦਿਹਾੜੇ ਹਨ, ਤੇ ਜਿਹੜੀ ਤੂੰ ਹੁਣ ਗੱਲ ਕੀਤੀ ਨਾ, ਅੱਗੋ ਤੂੰ ਮੇਰੇ ਨਾਲ ਗੱਲ ਨਾ ਕਰੀ। ਮੇਰੇ ਬੇਲੀ ਸਦੀ ਕਿ ਟੁੰਡਾ ਹੈ, ਬਿਜਲੀ ਦੇ ਮਹਿਕਮੇ ਚੋਂ ਮੈਂ ਉਹਨੂੰ ਹੁਣੇ ਫੋਨ ਕਰੇ ਨਾ। ਏਡੀ ਤੇਰੀ ਅਪਰੋਚ, ਤੇ ਦੁਬਾਰਾ ਮੇਰੇ ਨਾਲ ਨਾ ਇਹੋ ਜਿਹੀ ਗੱਲ ਨਾ ਕਰੀ। ਨਮੂਨੇ ਆ, ਨਮੂਨੇ ਆ, ਮਰ ਵਿੱਚੇ ਨਾ ਲਿਆ ਹੀ ਹੁਣ ਦਾਤਲ ਪਏ ਆ, ਦੁਬਾਰਾ ਨਾ ਮੇਰੇ ਨਾਲ ਗੱਲ ਨਾ ਕਰੀ। ਬਸ ਵੈਸੇ ਗੱਲ ਕੀਤੀ, ਵੈਸੇ ਤੋਂ ਗੱਲ ਕੀਤੀ ਆ, ਤੋ ਜਿਵੇਂ ਵੀ ਗੱਲ ਕੀਤੀ, ਕਿਉਂ ਕੀਤੀ ਤੂੰ? ਕਿਉਂ ਆ ਕੇ ਮੇਰਾ ਦਿਮਾਗ ਖਰਾਬ ਕੀਤਾ ਹੈ? ਦੱਸ ਤੂੰ ਨਾ ਮੰਨ, ਨਾ ਮੰਨ ਇਹਦੇ ਲੜਨਾ ਮੇਰੇ ਨਾਲ। ਉਹ ਆਮਾ ਸ਼ੇਰ ਦੀ ਬੈਣ ਦੀ ਗੱਲ ਕਿਉਂ ਕੀਤੀ ਹੈ? ਨਹੀਂ ਮੈਂ ਤੇਰੀ ਗੱਲ ਕੀਤੀ ਹੈ। ਕਿਸੇ ਹੋਰ ਨੂੰ ਜਾ ਕੇ ਆਖੋ ਤੇ ਬਿਰਾ ਆਮਾ ਸ਼ੇਰ ਨੂੰ ਜਾ ਕੇ ਆ, ਜਾਂ ਸਿਮਰਨ ਨੂੰ ਖੋਲ ਦਿੱਤਾ ਕਰ ਤੂੰ। ਸੁਣ ਲਈ ਸਹੀ, ਮੈਂ ਤੇਰੀ ਗੱਲ ਕੀਤੀ ਹੈ? ਕਿਉਂ ਤੂੰ ਕੀਤੀ ਹੈ? ਅੱਛਾ ਤੇਰੇ ਬਿਰਾ ਨਾਲ ਕਰਾਂ? ਮੇਰੇ ਬਿਰਾ ਨਾਲ ਮੋਰ ਤੂੰ, ਯਾਨੀ ਕਿ ਤੈਨੂੰ ਮੈਂ ਇਤਨਾ ਵੱਡਾ ਧੱਕਾ ਦਿੱਤਾ, ਤੈਨੂੰ ਹਈਆ ਮੋੜ ਨਹੀਂ ਆਈ, ਤੇਰੇ ਪੱਲੇ ਗੈਰਤ ਕਾਈ ਨਹੀਂ? ਮੇਰੀ ਬਹਿਣ ਕਿਤੇ ਹੋਏ ਹੋਏ ਤੇ ਮੋੜੇ ਹੀ ਮੇਰੀ ਬਹਿਣ ਓਏ ਨਾ ਲੈਣ ਤੇ ਬਹਿਣ, ਜਿੰਨਾ ਦਾ ਹੱਥ ਨਾ ਪਵੇ ਨਾ ਉਹ ਮੁੜ ਬਾਅਦ ਦੇ ਬਹਿਣ ਹੀ ਸਦੇਂਦੇ ਨਮੂਨੇ ਆ। ਆਪਣੇ ਵਾਲੀ ਤਾਂ ਪੂਰੀ ਟਰਾਈ ਕੀਤੀ ਹੈ, ਪੂਰੀ ਟਰਾਈ ਕਰਕੇ ਨਹੀਂ ਮੇਰੇ ਬਹਿਣ ਜਿਹੜਾ ਜੇਲ ਤੇ ਨਾ ਛਈ, ਨਮੂਨਾ ਨਾ ਹੋਵੇ ਤਾਂ ਥੋੜਾ ਜਲਬਿਆਂ ਦਾ ਮਾਰਿਆ ਹੋਇਆ ਬੈੜੀ ਸ਼ਕਲ ਵਾਲਾ ਬਾਂਦਰ, ਦਿਮਾਗ ਖਰਾਬ ਕਰਕੇ ਤਾਂ ਬੰਦੇ ਰੱਖ ਛੱਡਿਆ। ਮੇਰਾ ਦਿਲ ਨਹੀਂ ਕਰਦਾ ਸੋਟਾ, ਮੈਂ ਤੇਰੇ ਉੱਤੇ ਬੰਨ ਛੱਡਾ। ਅੱਜ ਤੱਕ ਕਿਸੇ ਬੰਦੇ ਮੇਰੇ ਨਾਲ ਇਹੋ ਜਿਹੀ ਗੱਲ ਨਹੀਂ ਕੀਤੀ। ਮੈਨੂੰ ਵਸ ਆਏ ਨਮੂਨੇ ਤੇ ਆਂਦੀ ਅਵਸਥਾ, ਅਵਸਥਾ ਤੇਰੀ ਅਵਸਥਾ ਤੇ ਸੋਟੇ ਮਾਰਾ ਔਰ ਆ ਤੇਰੀ ਅਵਸਥਾ। ਸੋਚ ਲਵੀ, ਸੋਚ ਕੇ ਤੇ ਦੱਸੀ। ਸੋਚ ਕੇ ਤਾਂ ਦੱਸੀ, ਲੱਖ ਲਾਨਤ ਬੇਸ਼ੁਮਾਰ ਤੇਰੀ ਜ਼ਿੰਦਗੀ ਤੇ, ਹੁਣ ਜਦੋਂ ਮੈਨੂੰ ਟੱਕਰ ਗਿਆ ਤਾਂ ਮੈਂ ਸਿਹਰੇ ਬਾਂਧ ਕੇ ਗਲਸਾਂ, ਬੈੜੀ ਸ਼ਕਲ ਵਾਲਾ ਨਾ ਹੋਵੇ ਤਾਂ ਹੁਣ ਆਰਾਮ ਹੀ ਮੋਟਰ ਤੇ ਤੈਨੂੰ ਮੈਂ ਦੱਸਾਂ ਤੈਨੂੰ ਪਵੇ ਜ਼ਾਤਲ, ਮੋਇਆ ਮਰਦੂਦ ਨਾ ਫੈਤਾ ਨਾ ਦਰੂਦ, ਰੋਟੀ ਨਾ ਹੋਵੇ ਤਾਂ ਦਿਮਾਗ ਖਰਾਬ। ਤੁਸੀਂ ਵੀ ਗੱਲੋ ਚ ਆਉਣੋ, ਇੱਥੇ ਮੈਂ ਆਵਾਂ ਨਾ ਮੂੰਹ ਤੇ ਮਨੂਸ ਤਾਂ ਮੇਰੇ ਮੱਥੇ ਨਾ ਨਾ ਲੱਗਦਾ, ਮਨੂਸ ਤਾਂ ਡਾਇਰੈਕਟ ਪ੍ਰਪੋਜ਼ ਕੀਤਾ ਹੈ ਮੈਨੂੰ। ਗੁਜ਼ਾਰੇ ਸਾਡੇ ਹੁੰਦੇ ਨਹੀਂ, ਕੋਈ ਜਾ ਉਠਾਵੇ ਮੇਰੇ ਯਾਰ ਨੂੰ, ਕਬਰ ਚ ਰੋਂਦੀ ਓ ਪੌਸੀ ਓਏ, ਮੇਰੇ ਘਰ ਰੋਂਦੀ ਓ ਪਿਓਸੀ ਓਏ, ਕੋਈ ਚੱਜ ਗਾਵੇ ਸਰਕਾਰ ਨੂੰ। ਅੱਬਾ ਅੱਬਾ ਥੋੜੇ ਪਰੇੜੇ ਹੋ ਬਬੋ, ਆਉਂਦੇ ਪਰ ਆਉਣਗੇ, ਅੱਜ ਲੱਗਦਾ ਅੰਮਾ ਯਾਦ ਆਈ ਬੈਠੀ ਤੁਹਾਨੂੰ। ਮੇਰੀ ਅੰਮਾ ਨਹੀਂ, ਮੈਨੂੰ ਤਾਂ ਸਵਾਣੀ ਯਾਦ ਆਈ ਬੈਠੀ। ਉਹ ਮੇਰੀ ਤਾਂ ਅੰਮਾ ਹੈ ਨਾ। ਹਾਂ ਤੇਰੀ ਅੰਮਾ ਲੱਗਦੀ, ਤੁਹਾਡੀ ਸਵਾਣੀ ਹੈ। ਕੋ ਫੁਲਕਾ ਸ਼ੁਲਕਾ ਪਕਾਏ? ਕੋਈ ਨਹੀਂ, ਰਹੋ ਆਟਾ ਸ਼ਾਟਾ ਹੁਣ ਬੋਲ ਕੇ ਰੱਖਿਆ ਤੇ ਹੁਣ ਪਕਾਉਣਾ। ਹਲਾ ਨਾ ਦੀਆ ਕਿਤੇ, ਪਤਾ ਨਹੀਂ ਕਿਦਾਂ ਬਾਹਰ ਹੀ ਨਿਕਲੀ ਹੋਈ ਹੈ। ਹਲਾ ਹਾਂ, ਹਲੇ ਦੱਸੋ ਭਾਈ, ਅਸੀਂ ਕੰਮ ਕਰੀਏ? ਹਾਂ ਮਰੀ ਨਾ ਜਾਵੀਏ। ਵਾਹ ਅੱਬਾ ਵਾਹ, ਤੇਰੀਆਂ ਸ਼ੌਕਾਂ। ਅਸਲਾਮ ਅਲੈਕੁਮ। ਫਰਮਾਇਸ਼ਾਂ ਪੈਟਰੇ ਤੇ ਹੇਤਾ ਜਾਂ ਦੰਜਾ, ਇਹ ਚਾਰ ਹਨ।
ਹੁਣ ਜਿਹੜਾ ਹੈ ਨਾ ਅੰਨਾ ਉਹ ਪਿਆਸੇ ਭਾਜਿਆ ਉੱਥੇ ਨਾ ਸੈਲਮੇ ਤੇ ਫਿਲਮ ਵੇਖਿਆ ਵੀ ਤਮੀਜ਼ ਨਾਲ ਮੇਨੇ ਨਸ਼ਾ ਲੰਡੜਾ ਪਿਆ ਉੱਥੇ ਡਾਂਸ ਕਰੀਏ ਤੇ ਡੰਜਾ ਪਿਆ ਉੱਥੇ ਉਹ ਜਿਹੜਾ ਦਾਣਾ ਜ਼ੁਲਫਾਂ ਦੀ ਠੰਡੀ ਠੰਡੀ ਵਾਹ ਡੋਲਣਾ ਅੱਲਾ ਦੇ ਬੰਦਿਆ ਮੈਨੂੰ ਇਹ ਦੱਸ ਬਈ ਤੂੰ ਆਪ ਇੱਥੇ ਤੂੰ ਬੰਨਾ ਹੈ ਤੇ ਮਰੀ ਜਾ ਤੇ ਤੂੰ ਮਰੂ ਹੈ ਮੇਰੇ ਸਾਹਮਣੇ ਗੱਲ ਕਰ ਰਿਹਾ ਮੈਂ ਸਾਹਮਣੇ ਬੈਠਾ ਇਦੂ ਵੇਖ ਮੇਰੇ ਵੱਲੋਂ ਤੱਲੂ ਹੈ ਤੇ ਹੋਰ ਲੈ ਲਾ ਕੀ ਹਾਲ ਹੈ ਮੇਰਾ ਪੋਤਰੋ ਠੀਕ ਹੈ ਮੈਂ ਤਾਂ ਦਲ ਸੁਣੀ ਹੈ ਤਾਂ ਮੈਂ ਤੋ ਉਸ ਵੇਲੇ ਦੀਆਂ ਚਾੜ ਸਾਬੜੀ ਦਈਆਂ ਨੇ ਕੀ ਗੱਲ ਸੀ ਮੈਂ ਦੂਧ ਨਾ ਹੋਵੇ ਤਾਂ ਚਬਲ ਦਾ ਚਬਲ ਕੌਣ ਕੀ ਮਾਂ ਖਰਾਬ ਇਹਨਾਂ ਲੋਗਾ ਸਾਡਾ ਕੀਤਾ ਹੋਇਆ ਹੈ ਕਦੀ ਕੋਈ ਗੱਲ ਕਦੀ ਕੋਈ ਗੱਲ ਕਦੀ ਕੋਈ ਗੱਲ ਲੋ ਕੀ ਬਣਿਆ ਕੀ ਏ ਜ਼ਾਤਾਂ ਪਵੇ ਇਹਨਾਂ ਮਰਦਾਂ ਨੂੰ ਮੈਂ ਤਾਂ ਆਂਦੀ ਓ ਛੋਰੇ ਸਾਡੀ ਵੇਚ ਰੜੀ ਤੇ ਉਪੀ ਤੱਟੇ ਨਹੀਂ ਤੇਰਾ ਨਹੀਂ ਨਾ ਤੇ ਮਰਦਾਂ ਚ ਸੀ ਤੇ ਨਹੀਂ ਤੂੰ ਮਰੋ ਦੇ ਤੇ ਹੋਰ ਮੈਂ ਲੈ ਲਾਂ ਅੱਲਾ ਹੋਰ ਠੀਕ ਹੋ ਭਾਈ ਚੰਦੀ ਆਇਆ ਰਾ ਬਣਾ ਹੀ ਦੇਗੂ ਇੰਡੀਆ ਓ ਯਾਦ ਆਈ ਆਈ ਹਾਂਜੀ ਅੱਬਾ ਇੱਥੇ ਬਾ ਆਈ ਬੈਠੀ ਨਹੀਂ ਇੱਥੇ ਮੈਂ ਕੀ ਬਾਣਾ ਆਪੀ ਭਰਾ ਨਾ ਲੋ ਮੈਨਾ ਉਹ ਜਿਹੜਾ ਆਮਾ ਸ਼ੇਰ ਨਹੀਂ ਹਾਂ ਉਹ ਸੋ ਵਾਜਦ ਕੋਲ ਵੀ ਅਪੜਾਈ ਆ ਜਿਹੜਾ ਥੇ ਇਹਨਾਂ ਨਮੂਨਾ ਵਧਾਉਂਦਾ ਉਹ ਤੁਸੀਂ ਉਹ ਨੂਠੀ ਆਂਦੇ ਹੋ ਮੈਂ ਦੇਸ ਵਾਸਤੇ ਆਇਆ ਬਈ ਹੋਰ ਗੱਲ ਨਹੀਂ ਮੁੱਕ ਗਈ ਉਹ ਬਸ 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 ਹੁਣ ਤਾਂ ਤਲਾਕ ਹੀ ਹੋ ਸੀ ਮੈਂ ਆਇਆ ਤੇ ਮੈਂ ਆ ਤੇ ਦੱਧੀ ਦੇਵਣੀਆਂ ਤੇ ਮੈਂ ਪੁੱਛਿਆ ਉਹ ਨਾਈ ਦਾ ਧਾਰੋ ਤੇ ਮੈਂ ਪੁੱਛਿਆ ਮੈਂ ਸਫਰ ਜਾਈ ਤਾਂ ਨਹੀਂ ਦਿਸਦੀ ਬਈ ਇਸ ਹੋਰ ਨੂੰ ਲਾਇ ਤੇ ਬੈਠਾ ਤੂੰ ਕਿਵੇਂ ਆ ਆਪਣੀ ਮਤਲਬ ਦੀ ਗੱਲ ਹਾਂ ਓਏ ਅੱਲਾ ਚਲਣੀ ਜਈ ਕੌਣ ਮਧਰੀ ਜਈ ਚਧਰੀ ਜੀ ਮੇਰੇ ਸਾਹਮਣੇ ਤੁਹਾਨੂੰ ਬਹਿਣ ਸੋਤੀ ਥਲਾਈ ਆ ਵੀ ਮੇਰੀ ਬਹਿਣ ਅੱਧਾ ਤਿਸੇ ਦੇ ਦਿਲ ਦਾ ਸੀ ਪਤਾ ਹੁਣ ਗੱਲ ਸੁਣੋ ਮੈਂ ਇੱਥੇ ਵਰਜਾਈ ਤਾਂ ਨਹੀਂ ਦਿਸਦੀ ਤੇ ਮੈਨੂੰ ਪਿਆਦਾ ਜਦੋਂ ਦੀ ਦਈ ਇੱਥੇ ਸ਼ੁਤਰ ਅਲਹਮਦੁਲਿਲਾ ਹੁਣ ਬੜਾ ਸੁੱਥੀ ਆ ਤੇ ਤੂੰ ਮੈਨੂੰ ਇਹ ਦੱਸੋ ਬਈ ਤੂੰ ਇਤਨੀ ਹਜ਼ਾਰ ਦਾ ਰੋਲਾ ਹੈ ਹੈ ਕਿਵੇਂ ਰੋਲਾ ਇਹ ਦੱਸੋ ਤੇਰੀ ਹੋਵੇ ਭੈਣ ਹੋਵੇ ਹੈ ਉਹ ਜਿਹੜਾ ਮੇਰੇ ਕੋਲ ਹੋਵੇ ਪਰਨਾਈ ਦੀਵਾਨ ਨਾਲ ਹੋਵੇ ਬੱਚਾ ਇਹਨੇ ਦਾਲ ਲੈ ਹੋਰ ਸਾਗ ਗੱਲ ਛੱਡੇ ਮੇਰੇ ਬੂਏ ਤੇ ਇਹਨੇ ਦਾਲ ਲੈ ਅੱਕੇ ਮੇਰੇ ਕੋ ਖਰਚਾ ਪਾਣੀ ਕੋਈ ਨਹੀਂ ਇਹ ਕਰੋ ਜੇ ਤੂੰ ਮੈਂ ਤੂੰ ਲੈ ਲਵੇ ਮੇਰਾ ਜੇ 3000 ਖਰਚਾ ਹੋਇਆ ਏ ਤੇ ਉਹ ਤਾਂ ਮੈਂ ਹੁਣ ਲੈ ਕੇ ਹੀ ਗੱਲੀ ਆ ਨਾ ਹੱਥ ਬਣਦਾ ਹੈ ਹੱਥ ਬਣਦਾ ਹੈ ਤੇ ਉਹ ਮੈਨੂੰ ਪਤਾ ਹੀ ਨਹੀਂ ਪਿਆਦਾ ਅੱਥੇ ਉੱਥੇ ਹੁਣ ਧੀਆਂ ਦੀ ਕਮਾਈ ਬੈਠਾ ਛਾਂਦਾ ਤੂਤੂ ਹਲਾ ਅੱਥੇ 3000 ਖਰਚਾ ਮੰਦੀ ਥਲਾ ਹੈ ਮੈਨੂੰ 10 ਪਈਏ 5-7000 ਦੀਆਂ ਦਵਾਈਆਂ ਆਈਆਂ ਤੇ ਇੱਥੇ ਮੈਂ ਤਾਂ ਲਿਆਵਣੀ ਨਹੀਂ ਫੈਸਲਾ ਦੇਵਣਾ ਮੈਂ ਅੱਧਾ ਹੱਥੇ ਪਰਨੀ ਜਾਸਾ ਮੈਨੂੰ ਇੱਥੇ ਤੇੜੀ ਲੋੜ ਹੈ ਇਹਦਾ 30 ਤੇ 7 37 ਤੇ 15 ਮੈਨੂੰ ਵੀ ਐਡੀ ਜ਼ਰੂਰਤ ਕੋਈ ਨਹੀਂ ਮੈਂ ਵੀ ਆਦੇ ਬੂਹੇ ਤੇ ਨਹੀਂ ਜਾਵਣਾ ਹਾਂ ਜਾਈ ਮੇਰਾ ਹੁਣੇ ਮਸ਼ਵਰੇ ਜਿੱਥਾਂ ਤਾਈ ਮੈਂ ਨਾ ਆਵਾਂਗਾ ਮੈਂ ਹੁਣ ਇਤਲਾ ਮੈਂ ਲੈਸਾਂ ਮੈਂ ਆਦਮੀ ਨਹੀਂ ਮੈਂ ਮੁੱਲ ਪੈਸਾ ਤੇਰਾ ਹਾਂ ਜਿਹੜੀਆਂ ਗੱਲਾਂ ਤੋਂ ਕੀਤੀਆਂ ਨਾ ਤੱਲੇ ਖਾਨ ਉਹ ਇਹ ਗੱਲਾਂ ਉਸ ਵੀ ਮੈਨੂੰ ਕੀਤੀਆਂ ਮੌਤ ਪੈ ਇਹਦਾ ਮਤਲਬ ਇਹ ਹੋਇਆ ਲੋ ਸਾਥਿਆ ਜਿਹੜੀ ਇਹਨਾਂ ਦੀ ਪਿਛਲੀ ਬੈਠੀ ਹੈ ਨਾ ਨੀਤੀ ਤੇਰਾ ਨਾਂ ਲਿਆ ਅੱਛਾ ਇਹ ਵੀ ਮੈਂ ਦੇਵੇਂ ਤਾਂ ਮੈਂ ਨਾਲ ਬੱਸ ਓਏ ਮਰ ਗਈ ਇਹਦਾ ਮੈਂ ਘਰੇ ਤੋਂ ਆ ਗਿਆ ਲੰਤੀ ਭਾਈ ਜਿਵੇਂ ਉਸ ਨਾਲ ਦਿੱਤੀ ਅੱਬਾ ਤੂੰ ਤਾਂ ਨਾ ਘਰੇ ਤਾਲੀ ਗੋਲੀ ਖਾ ਗਿਆ ਬਸ ਹੁਣ ਮੈਂ ਘਰੇ ਤਾਂ ਆ ਗਈ ਨੇ ਹੁਣ ਤਲਾਕ ਹੀ ਉਸੀ ਹੁਣ ਤਲਾਕ ਹੀ ਉਸੀ ਹੈ ਮੈਂ ਘਰੇ ਤੱਲੂ ਮਾਲ ਪਿਆ ਥੇ ਅਥੇ ਜਿਹੜਾ ਹੈ ਤੂਤੂ ਹੈ ਨਾ ਤਾਣਾ ਪਲੀਤ ਮੈਨੂੰ ਹਾਂ ਮੇਰੇ ਦੋ ਤਰਾ ਦਾ ਰਿਸ਼ਤਾਣਾ ਸਦਿਆ ਅਥੇ ਤਾਣਾ ਮੈਨੂੰ ਥਿੰਦੀ ਆ ਤੇ ਦੇਸੀ ਗੱਲ ਸੁਣ ਮੇਰੀ 30 ਤੇ 7 37 ਤੇ 15 ਇਤਨਾ ਪੜੇ ਹੋਇਆ ਥੋਈ ਨਹੀਂ ਮੇਰਾ ਖਿਆਲ ਹੈ 53 ਜਾਂ 52 ਬਣਸੇ ਬਸ 15000 ਰੋਟੀ ਦਾ ਵੀ ਉੜ ਦੇ ਗੱਲਾਂ ਜੇ ਸੀ ਤੇ ਤਲਾਕ ਹੀ ਸੀ ਅਥੇ ਜਿਹੜੀ ਦੂਈ ਰੱਤੀ ਤੂਤੇੜੇ ਤੇਰਾ ਨਾਂ ਪਿਆ ਲਏ
ਇੱਥੇ ਸਾਰੀ ਉਮਰ ਬੈਠੀ ਦੱਸੀ ਇਹਨੂੰ ਇੰਜ ਰੱਥਾਂ ਦਿੱਤੇ ਸਹਿ ਵੀ ਨਾ ਪਰਨੀ ਗੱਲ ਸੁਣ ਮੇਰੀ ਨਾ ਨਾ ਲਿਆ ਸਮੇ ਰੱਖਾ ਕਦੇ ਸੀ ਅੱਬਾ ਚੰਦਾ ਮੈਂ ਨਹੀਂ ਓਏ ਗੱਲ ਸੁਣ ਕੋਈ ਸੋਹਣਾ ਜਿਹਾ ਛੋਰ ਵੇਖੋ ਇਹਨ ਮੈਂ ਜੋ ਹੀ ਪਰਨਾ ਬਣਾਉਣ ਹੁੰਦੀ ਹੈ ਸਿੱਧੂ ਨਾ ਤੇ ਸਿੱਧੂ ਦੀ ਮੈਂ ਪੂਰੀ ਨਹੀਂ ਹੋਣ ਦੇਣੀ ਥੋੜਾ ਜਿਹਾ ਹੋਰ ਵੇਖੋ ਤਾਂ ਬਲੋ ਪਰ ਤੁਹਾਨੂੰ ਤਾਂ ਦਿਸਦੀ ਤਾਂ ਤੁਸੀਂ ਵੇਖਦੇ ਛਾ ਦੱਸੋ ਅੱਬਾ ਪਿੱਛੇ ਦੱਸਿਆ ਅੱਜ ਮੈਂ ਜਾਂਦਾ ਪਿੰਡ ਮੈਨੂੰ ਦੱਸਿਆ ਜਦੋਂ ਵੱਗ ਗਿਆ ਉਹ ਪਿਸਤੌਲ ਚਾ ਰਿਹਾ ਅੱਬਾ ਪਾਣੀ ਨਾਲ ਬਸ ਕਰ ਵੇ ਬਾਬਾ ਬਸ ਕਰ ਅੱਬਾ ਹੁਣ ਤੂੰ ਮੈਨੂੰ ਇਹ ਦੱਸ ਅੱਬਾ ਇੱਕ ਤਾਂ ਮੂੰਹ ਹੀ ਅੱਡ ਲੈਂਦਾ ਜਿੱਡਾ ਤੇਰਾ ਠੀਕ ਹੈ ਮੈਨੂੰ ਨਹੀਂ ਪਤਾ ਅੱਬਾ ਤੇਰਾ ਬਹਿ ਜਾ ਹੁਣ ਇੱਕ ਨੂੰ ਵਸਣ ਨੂੰ ਦਿੰਦਾ ਪਿਆ ਤੇ ਦੂਜੇ ਦਾ ਮਾਲ ਦੀ ਕੀਤੀ ਆਵਾ ਅਸੀਂ ਤੈਨੂੰ ਦਿਸਦੀਆਂ ਨਹੀਂ ਇਹਨੂੰ ਮਾਲ ਕਿਵੇਂ ਦੇਸ ਜਾਂਦਾ ਹੈ ਮੇਰੇ ਵਾਸਤੇ ਬਾਲੀ ਚਾਹ ਬਣਾ ਚ ਥੋੜੀ ਜੀ ਸਿਰ ਨੂੰ ਮਉ ਪੀਣ ਚੜੀ ਮੋਇਆ ਨਹੀਂ ਤੇ ਆਖਿਆ ਵੀ ਹੈ ਮੇਰਾ ਘਰ ਉਜੜ ਗਿਆ ਉਹਨੂੰ ਚਾਹ ਦੀ ਬਣੀ ਹੋਈ ਅੱਬੇ ਨੂੰ ਮਾਲ ਦੀ ਪਈ ਹੋਈ ਹੈ ਬਿਸਮਿਲਾ ਬਿਸਮਿਲਾ ਕੀ ਬਣਿਆ ਬਿਸਮਿਲਾ ਬਿਸਮਿਲਾ ਮੈਂ ਕਿਹੜੀ ਬਿਸਮਿਲਾ ਕੀਤੀ ਮੂੰਹ ਭਰਾ ਕਾੜ ਲਿਆ ਬਸ ਕਰ ਹਾਂ ਮੈਂ ਉਹ ਤੇਰੀ ਨਿਨਾਣਾ ਕੋਈ ਡੈਣ ਨਹੀਂ ਮੋ ਹੁਣ ਤੂੰ ਡੈਣ ਬਣ ਗਈ ਹੋਈ ਹੈ ਨਿਨਾਣ ਨਹੀਂ ਉਸ ਤੇ ਮੈਂ ਤੈਨੂੰ ਭੈਣ ਬਣਾਇਆ ਹੋਇਆ ਤੇ ਹੁਣ ਮੈਂ ਕੀ ਡੈਣ ਵਾਲਾ ਕੰਮ ਕੀਤਾ ਬਸ ਅੱਜ ਕੀਤਾ ਵੀ ਕੁਝ ਕੋਈ ਨੀ ਤੂੰ ਹੀ ਕੋਈ ਨੀ ਕੀਤਾ ਤੇਰੇ ਵਿਰਾਹ ਵੀ ਕੁਝ ਕੋਈ ਨੀ ਕੀਤਾ ਵਿਰਾਹ ਦੀ ਦੱਲੀ ਤਾਂ ਬਣੀ ਹੋਈ ਹੈ ਆ ਵਿਰਾਹ ਤੇ ਲੈਪੜੇ ਚੋਪੜੇ ਤਲਾਈ ਬਣੀ ਹੈ ਮਾਂ ਨੂਰ ਕੁਝ ਹੋਸ਼ ਨਾਲ ਗੱਲ ਕਰ ਸਮਝ ਆਈ ਮੈਂ ਮੇਰੀ ਬਹੁ ਇੱਜ਼ਤ ਕਰਨੀ ਹੈ ਤੇ ਤੂੰ ਐਡੀ ਬਗੈਰਤ ਮੈਂ ਨਾ ਜਾਦੂ ਨਾ ਹੋਸ਼ ਤਾਂ ਮੈਨੂੰ ਹੁਣ ਆਇਆ ਬੇਹੋਸ਼ ਤਾਂ ਮੈਂ ਅੱਗੇ ਹਾਂ ਮੂੰ ਆ ਹੁਣ ਮੈਨੂੰ ਤੇਰਾ ਵਿਰਾਹ ਦੇ ਕਰਤੂਤਾਂ ਦਾ ਪਤਾ ਲੱਗਾ ਹੈ ਮੇਰੇ ਵਿਰਾਹ ਕੀ ਕਰਤੂਤ ਕੀ ਅੱਛਾ ਅੱਗੇ ਤਾਂ ਚਲੋ ਉਹ ਕੁਝ ਫੋਨਾਂ ਤੇ ਮਸਰੂਫ ਰਹਿੰਦਾ ਹੀ ਹੁਣ ਤਾਂ ਅੱਜ ਕੱਲ ਉਹਦੇ ਘਰ ਰੰਨਾ ਆਵਣ ਹੋ ਗਈਆਂ ਕਿਹੜੀ ਰੰਨ ਆਈ ਗਈ ਕੋਈ ਤੂੰ ਵੇਖੀ ਆਪਣੀ ਅੱਖੀ ਨਾਲ ਮੈਨੂੰ ਕਹਿ ਦੱਸਿਆ ਹੈ ਕਿਆ ਕਹਿ ਦੱਸਿਆ ਹੁਣ ਅੱਜ ਕੱਲ ਕਿਸੇ ਹੋਰ ਨਾਲ ਲੱਗਾ ਹੋਇਆ ਪਿਆਰ ਕਰਨ ਨੂੰ ਨਹੀਂ ਮੇਰੀ ਭੈਣ ਮੇਰੀ ਗੱਲ ਸੁਣ ਕੀ ਮੇਰੀ ਭੈਣ ਮੇਰੀ ਗੱਲ ਸੁਣ ਮੇਰੇ ਤੋਂ ਇਲਾਵਾ ਉਸ ਘਰ ਵਿੱਚ ਕੋਈ ਕੋਈ ਨਹੀਂ ਇਸ ਗੱਲ ਦੀ ਮੈਂ ਆਪਣੇ ਵਿਰਾਹ ਦੀ ਤਸੱਲੀ ਦੇਨੀ ਆ ਮੇਰਾ ਵਿਰਾਹ ਇੱਡਾ ਬਗੈਰਤ ਨਹੀਂ ਉਹ ਤੇ ਲੋਕਾਂ ਦੀਆਂ ਮਿੰਤਾਂ ਕਰਦਾ ਵਾ ਵੀ ਨੂਰੋ ਨੂੰ ਆ ਘਰ ਆਵੇ ਮੇਰਾ ਉਸ ਤੋਂ ਬਿਨਾਂ ਨਹੀਂ ਦਿਲ ਲੱਗਦਾ ਬੜੀ ਗੱਲ ਏ ਬੜੀ ਗੱਲ ਏ ਅਖੇ ਮੇਰਾ ਵਿਰਾਹ ਤਾਂ ਕਿਸੇ ਨੂੰ ਲਾ ਹੀ ਨਹੀਂ ਆਉਂਦਾ ਮੇਰਾ ਵਿਰਾਹ ਤਾਂ ਕਿਸੇ ਨਾਲ ਹੈ ਵੀ ਕੋਈ ਨਾ ਮੈਨੇ ਦੱਸ ਲੋਕਾਂ ਦੀਆਂ ਗੱਲਾਂ ਤੇ ਲੱਗੀ ਵਦੀ ਇਹ ਨੱਖੀ ਨਾਲ ਤੇ ਵੇਖੀ ਮੈਂ ਹਾਂ ਮੈਂ ਇਦੋਂ ਅੱਜ ਸੁਣਦੀ ਖਲੋਤੀ ਆ ਇੱਕ ਬੰਦਾ ਕੂੜ ਮਾਰਿਆ ਸਾਰਾ ਪੂਰਾ ਥੇ ਤਾਂ ਨਹੀਂ ਕੂੜ ਮਰੇ ਨਹੀਂ ਉਹ ਗੱਲਾਂ ਤੇ ਘਰ ਦਿਆ ਘਰ ਉਜਾੜ ਛੱਡਦੀਆਂ ਐਨ ਇਹ ਗੱਲਾਂ ਤੇ ਨਾ ਲੱਗੀ ਰੋ ਆਪਣੀ ਅੱਖੀ ਨਾਲ ਵੇਖ ਆ ਕਿ ਆ ਮਸ਼ੀਨ ਨਾਲ ਖੁਦ ਗੱਲ ਕਰ ਤੇ ਸਮਝੇ ਸੀ ਵੀ ਕੀ ਆ ਤੇ ਕੀ ਨਹੀਂ ਤੂੰ ਤੇ ਆਪਣੇ ਹੱਥੀ ਘਰ ਨੂੰ ਢਹਿੰਦੀ ਪਈ ਹੈ ਮੈਂ ਤਾਂ ਭਾਈ ਕੋਈ ਨਹੀਂ ਜਾਣਾ ਮੇਰਾ ਪਿਓ ਹੀ ਅਮਸੀ ਤੇ ਆਪੇ ਗੱਲ ਕਰੇ ਸੀ ਜਿਹੜੀ ਵੀ ਹੋਈ ਮੈਂ ਇਹਨਾਂ ਫੈਸਲਿਆਂ 'ਚ ਨਹੀਂ ਆਉਂਦੀ ਬਸ ਮੈਂ ਤੂੰ ਸਾਡਾ ਬਾਲ ਚਾ ਵਜਾਇਆ ਅਸੀਂ ਤੈਨੂੰ ਕੋਈ ਗੱਲ ਨਾ ਕੀਤੀ ਤੁਸੀਂ ਉਲਟਾ ਖਰਚਾ ਮੰਗਦੇ ਪਿਓ ਅਸੀਂ ਆਖਿਆ ਚਲੋ 5000 ਘੱਟ ਲੈ ਲਵੋ ਤਾਂ ਵੀ ਤੁਹਾਡੇ ਨਖਰੇ ਤੇ ਤਾਂ ਵੀ ਅਸੀਂ ਭੈੜੇ ਆ ਸੱਸੀ ਨਾਲ ਨਹੀਂ ਆਉਂਦੇ ਚੋਰਾਂ ਦੇ ਮੁਸ਼ਤਾਕ ਨਪੀਂਦਨ ਗੱਲ ਤੂੰ ਆਏ
ਹੁਣ ਪਤਾ ਲੱਗਾ ਨਾ ਅਸਲ ਗੱਲ ਦਾ। ਕਿਹੜੀ ਗੱਲ ਦਾ? ਹੈ ਘੋੜਿਓ ਦਿਲ ਦੇ ਘੋੜਿਓ ਘੋੜ ਲਈ ਵਧਿਆ ਹੈ। ਘੋੜ ਤੂੰ ਲਈ ਤੈਨੂੰ ਇਤਨਾ ਅਕਲ ਕਿਸੇ ਨੇ ਦਿੱਤਾ ਬਈ ਥੋੜੇ ਜਿਹੇ ਪੈਸੇ ਨੂੰ ਮਗਰ ਤੂੰ ਦੀ ਦੀ ਤਲਾਕ ਮੰਗ ਗੱਲੀ ਏ ਉਹ ਵੀ ਮੇਰੇ ਸ਼ਰੀਕ ਦੇ ਹੱਸਨੇ ਆ ਗੱਲੇ ਚ। ਅੱਛਾ ਤੈਨੂੰ ਪੀੜ ਹੋ ਪਈ ਏ? ਤੇ ਪੀੜ ਹੋ ਪਈ ਏ ਕੀ ਹੋ ਜਿਹਾ ਪਿਓ ਏ ਤੂੰ? 30,000 ਤੇ ਮੈਂ ਤੈਨੂੰ 25,000 ਆਖਿਆ, 5,000 ਦੇ ਮਗਰ ਤੂੰ ਤਲਾਕ ਲੈਂਦਾ ਪਿਆ ਦੀ? ਓਏ ਤੂੰ ਤਾਂ 5 ਤੇ 30 ਦੀ ਗੱਲ ਕਰਦਾ ਪਿਆ ਨਾ, ਓਏ ਕੋਈ ਅਕਲ ਨੂੰ ਹੱਥ ਮਾਰ ਹੋ 53 ਦੀ ਗੱਲ ਲਈ। ਕਿਉਂ ਏ ਕਿ ਸੂਦ ਵੱਧੀ ਹੁੰਦੀ ਏ ਨਾਲ? ਸੂਦ ਨਹੀਂ ਵੱਧੀ ਹੁੰਦੀ, 7,000 ਦਵਾਈਆਂ ਦਾ, 15,000 ਰੁਪਏ ਰੋਟੀਆਂ ਖਵਾਈਆਂ ਦਾ, ਠੀਕ ਹੈ ਨਾ? ਮੈਦਾਨ ਤੇ ਤੂੰ ਮੇਰੇ ਘਰ ਲੈਣ ਕੀ ਆਇਆ? ਇਹ ਮੋੜ 7,000 ਦੀਆਂ ਕਈਆਂ ਦਵਾਈਆਂ ਆ ਗਈਆਂ ਨਾ, ਜਿੰਨਾ ਖਰਚੇ ਕੀਤੇ ਹੁੰਦੇ ਨਾ ਉਹਨੇ ਕਰਨਾ ਨਾ ਯਾਦ ਹੁੰਦਾ ਤੇ ਮੈਦਾਨ ਤੇ ਮੇਰੇ ਘਰ ਲਾਤੀ ਲਾ ਦੋ ਫਿਰਨੀ ਤੇ ਰੋਟੀਆਂ ਵੀ ਗਿਣੀ ਖਲੋਤਾ ਹੈ ਤੂੰ? ਤੂੰ ਨਹੀਂ ਗਿਣਦੀਆਂ, ਤੂੰ ਉੱਥੇ ਉਹਨੂੰ ਮੇਰੇ ਤੱਲੂ ਨੂੰ ਇਹ ਕਾਣਾ ਪਲੀਤ ਨੂੰ ਮਤੇ ਛਣਾ, ਇਹ ਕਾਣਾ ਪਲੀਤ ਸੂਦ ਪਿਆ ਖਾਂਦਾ, ਇਹ ਕਾਣਾ ਪਲੀਤ ਧੀਏ ਦਾ ਹੱਥ ਪਿਆ ਖਾਂਦਾ, ਗੱਲ ਗੱਲ ਨਾਲ ਉਸਨੇ ਕਾਣਾ ਸੱਦਿਆ, ਉਹ ਰਿਸ਼ਵਤ ਖੋਰ ਸੱਦਿਆ, ਸੂਦੀ ਸੱਦਿਆ, ਉਹ ਬੇਦਾਨ ਪਿਆ, ਉਹ ਤੇਰੀ ਮਾਂ ਧੀ ਦਿੱਤੀ ਹੋਈ ਆ। ਮੈਂ ਤਾਂ ਉਹਨੂੰ ਕਾਣਾ ਸੱਦਿਆ ਹੀ ਕੋਈ ਨੀ, ਤੁਹਾਨੂੰ ਨਹੀਂ ਮੈਨੂੰ ਸੱਦਿਆ ਹੀ, ਤੈਨੂੰ ਵੀ ਕੋਈ ਨੀ ਸੱਦਿਆ, ਕੂੜ ਮਰਿੰਦਾ ਹੈ ਤੱਲੂ। ਐਡਾ ਹਾਜੀ ਨਾ ਮਾਣ ਕੇ ਬਾਓ, ਤੂੰ ਬੜੀਆਂ ਗੱਲਾਂ ਕੀਤੀਆਂ। ਕੀ ਗੱਲਾਂ ਮੈਂ ਕੀਤੀਆਂ ਨਾ? ਕੀ ਕੀਤੀਆਂ? ਕੀ ਬੇਗੁਨਾਹ ਨੇ ਦਾ ਤੁਸੀਂ ਐਵੇਂ ਗੁਨਾਹ ਬਣਾ ਕੇ ਲਾ ਕੇ ਮਨਾ ਤਲਾਕ ਆ ਤੂੰ ਤੂੰ ਦੇਣਾ ਤੋੜਿਓ ਸਵਾਣੀ ਮੈਂ ਕਿਹੜੀ ਲਾ ਆਂਦੀ ਏ? ਅ ਜਿਹੜੀ ਮੋਟੀ ਜੀ ਤੇਰੇ ਘਰ ਗਾਲੀ ਕੱਟੀ ਜੀ ਪਿਆਲਾ ਬੈਠੀ ਹੁੰਦੀ ਫੰਮੜ ਗਈ 24 ਘੰਟਿਆਂ ਨੂੰ ਗੋਡੇ ਨਾਲ ਬਵਾਈ ਬੈਠਾ। ਓਏ ਮੇਰੀ ਭੈਣ ਤੂੰ ਇਲਾਵਾ ਕੋਈ ਨਹੀਂ ਹੁੰਦਾ ਉੱਥੇ, ਮੰਦੇ ਕਿਉਂ ਨੇ? ਉਹ ਸਾਨੂੰ ਕੀ ਪਤਾ ਤੇਰੀ ਭੈਣ ਹੈ ਕਿ ਤੇਰੀ? ਨਹੀਂ ਮੈਂ ਕੋਈ ਨਹੀਂ ਜਾਣਾ, ਮੈਂ ਹੁਣ ਫੈਸਲਾ ਲੈਣਾ ਤੇਰੇ ਕੋਲ। ਤੂੰ ਤਲਾਕ ਲੈਣੀ 5,000 ਦੇ ਮਗਰ ਤੁਸੀਂ ਫੈਸਲਾ? ਉਹ 5 ਕੋਈ ਨਹੀਂ 53 ਹੀ ਹੁਣ ਚਾਂ ਚੜਾਇਆ ਨਾ ਉਹਨਾਂ ਦੇ ਵਜ੍ਹਾ ਤੋਂ ਹੁਣ ਇਹ ਸਾਰਾ ਬਕਵਾਸ ਕੀਤਾ ਹੈ ਉਸੋ। ਕਾਹ ਬਕਵਾਸ ਕੀਤਾ ਹੈ? ਤੱਲੂ ਕੌਣ ਹੈ? ਆ ਆ ਨਹੀਂ ਕੀਆ ਇਧਰ ਆਉਣ ਪਲੀਤ ਬੀਜੂ ਸੂਦ ਪੇ ਖਾਂਦਾ, ਦੀਆਂ ਦੀ ਖੱਟੀ ਪੇ ਖਾਂਦਾ, ਕੋਈ ਕਿਤੀਆਂ ਸੱਚੀ ਦਾਲ ਇਹ ਆਏ ਅਮਰ ਸ਼ੇਰ ਸੋ ਦੇ ਇਹਨਾਂ ਚ ਹਿੱਤ ਵੀ ਦਾਲ ਨਾ ਸੀਤੀ ਤੇ ਮੈਂ ਤੋਲੂ ਇਸ ਤੋਂ ਤਾਂ ਰਹਿੰਦਾ ਰਿਹਾ, ਮਸਾਂ ਅਮਰ ਸ਼ੇਰ ਤੋਲੂ ਇਹਦਾ ਲੜ ਸੁੱਟ ਸੀ ਤੇ ਉਹ ਜਾਣੇ ਨੂਰੋ ਮੈਂ ਲੈ ਲਈ ਸੋ।